ਸਰਜੀਤ ਕੌਰ ਕਿਹੜਾ ਪਿੰਡ ਸੀ ਪਾਕਿਸਤਾਨ 'ਚ ਪਿਛਲਾ ਮੈਂ ਦੋ ਕੇ ਨਾਮਦ ਅਸੀਂ ਆਪਣੀ ਵੇਲੀ ਦੇਖਣੀ ਹੈ ਵੇਲੀ 'ਚ ਜੋ ਕੁਝ ਵੀ ਹੋਏਗਾ ਛੱਡ ਕੇ ਆਏ ਆ ਉਹ ਕੁਝ ਵੇਖ ਲਾਂਗੇ ਲੋ ਜੀ ਮਾਤਾ ਜੀ ਸੁਰਜੀਤ ਕੌਰ ਸਾਹਿਬਾ ਮੈਂ ਬਹਾਲ ਨਾ ਤੁਹਾਨੂੰ ਤੁਹਾਡੀ ਵੇਲੀ ਇਹ ਆ ਗਈ ਤੁਹਾਡੀ ਵੇਲੀ ਤੇ ਚਲੋ ਵੀਡੀਓ ਸ਼ੁਰੂ ਕਰਨੇ ਆ ਪਿੰਡ ਨੱਦੋ ਕੀ ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ ਤੇ ਮਾਤਾ ਜੀ ਸੁਰਜੀਤ ਕੌਰ ਸਾਹਿਬਾ ਦੀ ਖੁਆਇਸ਼ ਤੇ ਉਹਨਾਂ ਦੀ ਵੇਲੀ ਬਹਾਲਨੇ ਆ ਘਰ ਬਹਾਲਨੇ ਆ ਅਸਲਾਮ ਅਲੈਕਮ ਦੋਸਤੋ ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਮਾਤਾ ਜੀ ਸੁਰਜੀਤ ਕੌਰ ਸਾਹਿਬਾ ਜਿਨ੍ਹਾਂ ਦਾ ਤਲਕ ਸੀ ਪਿੰਡ ਨਿੱਦੋ ਕੇ ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ ਉਹਨਾਂ ਨੇ ਇੱਕ ਵੀਡੀਓ ਦਿੱਤੀ ਵੀਡੀਓ ਬਣਾਈ ਮਿੱਟੀ ਦੀ ਮਹਿਕ ਚੈਨਲ ਨੂੰ ਉਹਨਾਂ ਨੇ ਕਿਹਾ ਜੀ ਕਿ ਮੈਂ ਆਪਣਾ ਪਿੰਡ ਵੇਖਣਾ ਸਾਡੇ ਉੱਥੇ ਖੂਹ ਹੁੰਦੇ ਸਨ ਸਾਡੀ ਹਵੇਲੀ ਹੁੰਦੀ ਸੀ ਉੱਥੇ ਖੂਹ ਲੱਗਾ ਸੀ ਹਵੇਲੀ ਦੇ ਵਿੱਚ ਵੀ ਖੂਹ ਲੱਗਾ ਹੁੰਦਾ ਸੀ ਉੱਥੇ ਦਰਖਤ ਸਨ ਬੇਰੀ ਦਾ ਬੂਟਾ ਸੀ ਅਤੇ ਅਸੀਂ ਫਿਰ ਅੱਜ ਜਨਾਬ ਉਹਨਾਂ ਦੀ ਖੁਆਇਸ਼ ਪੂਰੀ ਕਰਨ ਵਾਸਤੇ ਉਹਨਾਂ ਦੇ ਪਿੰਡ ਆਏ ਤਾਂ ਕਿ ਜਿਹੜੇ ਬਜ਼ੁਰਗ ਨੇ 1947 ਵੇਲੇ ਪਾਕਿਸਤਾਨ ਛੱਡ ਕੇ ਉਹ ਇੱਥੇ ਤਾਂ ਨਹੀਂ ਆ ਸਕਦੇ ਲੇਕਿਨ ਅਸੀਂ ਤਾਂ ਹੈ ਉਹਨਾਂ ਨੂੰ ਬਹਾਲਣ ਵਾਸਤੇ ਅਤੇ ਇਹ ਹੁਣ ਮੈਂ ਉਸ ਬੋਰਡ ਥੱਲੇ ਆਸ ਵੇਲੇ ਬੈਠਾ ਵਾਂ ਜਿੱਥੇ ਉਹਨਾਂ ਦਾ ਖੂਹ ਸੀ ਮੇਰੇ ਬਿਲਕੁਲ ਬੈਕ ਸਾਈਡ ਦੇ ਉੱਤੇ ਔਰ ਬਿਲਕੁਲ ਸੱਜੇ ਪਾਸੇ ਪੁਰਾਣਾ ਥਾਣਾ ਹੈਗਾ ਥਾਣੇ ਦੀ ਬਿਲਡਿੰਗ ਹੈਗੀ ਹੈ ਅਤੇ ਇਹਨਾਂ ਦੀ ਹਵੇਲੀ ਵੀ ਜਿਹੜੀ ਕਿ ਸੂਬੇਦਾਰਾਂ ਦਾ ਖਾਨਦਾਨ ਸੀ ਇਹ ਸਾਰੇ ਜਿਹੜੇ ਇਹਨਾਂ ਦਾ ਪਰਿਵਾਰ ਸੀ ਉਹਦੇ ਬਾਰੇ 'ਚ ਮਾਲੂਮਾਤ ਵੀ ਲੈਂਦੇ ਹਾਂ ਅਤੇ ਨਾਲੇ ਤੁਹਾਨੂੰ ਵਹਾਲਨੇ ਵੀ ਹਾਂ ਇਹ ਤੁਸੀਂ ਦੇਖੋ ਇਹ ਖੂਹ ਮੈਂ ਹੁਣ ਤੁਹਾਨੂੰ ਦਿਖਾਉਣ ਲੱਗਾ ਵਾਂ ਕੈਮਰੇ ਦੀ ਅੱਖ ਦੇ ਨਾਲ ਇਹ ਦੇਖੋ ਇਹ ਹੁਣ ਦਰਖਤ ਇੰਨੇ ਪੁੱਗ ਗਏ ਨੇ ਕਿ ਇਹ ਖੂਹ ਨਜ਼ਰ ਨਹੀਂ ਆ ਰਿਹਾ ਬੇਸਿਕਲੀ ਇਹ ਖੂਹ ਦਾ ਜਿਹੜਾ ਨਾ ਇਹ ਦੇਖੋ ਇਹ ਕਿਨਾਰਾ ਹੈਗਾ ਇਹਨਾਂ ਦੀ ਡੱਲ ਪਈ ਹੁੰਦੀ ਉਹ ਪਰਾਂ ਕਿੱਥੇ ਤੇ ਇਹ ਜਨਾਬ ਆ ਗਏ ਅਸੀਂ ਇਸ ਸਾਈਡ ਤੇ ਖੂਹ ਵਾਲੀ ਜਗ੍ਹਾ ਤੇ ਇਹ ਬੱਕਰੀਆਂ ਨੇ ਇਹ ਜਨਾਬ ਹੁਣ ਇੱਥੇ ਬੱਕਰੀਆਂ ਵੀ ਵੱਜੀਆਂ ਨੇ ਠੀਕ ਹੈ ਨਾ ਤੇ ਇੱਥੇ ਜਨਾਬ ਇਹ ਦੇਖੋ ਹੁਣ ਲੱਭਦਾ ਹੀ ਕੁਛ ਨਹੀਂ ਪਿਆ ਸਿਰਫ ਚਾਰ ਚੇਰੇ ਜਿਹੜਾ ਨਾ ਉਹ ਬੋਰਡ ਦਾ ਦਰਖਤ ਉੱਗਿਆ ਠੀਕ ਹੈ ਤੇ ਚਲੋ ਹੁਣ ਚੱਲਦੇ ਹਾਂ ਅਤੇ ਇਹਨਾਂ ਦੀ ਹਵੇਲੀ ਵੇਖਦੇ ਹਾਂ ਇਹ ਜੀ ਥਾਣਾ ਹੈ ਇਹ ਵੀ ਪੁਰਾਣਾ ਹੈਗਾ ਥਾਣਾ ਨਿੱਦੋ ਕੇ ਇਹ ਪੁਰਾਣੀ ਇਮਾਰਤ ਅਤੇ ਇਹਦੇ ਨਾਲ ਪਿੱਛੇ ਨਵੀਂ ਬਣ ਇਮਾਰਤ ਬਣ ਗਈ ਹੈ ਇਹ ਮਸਜਿਦ ਹੈ ਅਤੇ ਇਹ ਥਾਣੇ ਦੀ ਪੁਰਾਣੀ ਇਮਾਰਤ ਅਤੇ ਇੱਥੇ ਖੂਹ ਹੈਗਾ ਇਹ ਲਿਖਿਆ ਜੀ ਗੌਰਮੈਂਟ ਹਾਈ ਸਕੂਲ ਨਿੱਦੋ ਕੇ ਜ਼ਿਲ੍ਹਾ ਨਾਰੋਵਾਲ ਅਤੇ ਇਹ ਆ ਗਿਆ ਵਿੱਚ ਛੱਪੜ ਤਲਾਬ ਹੈ ਪੁਰਾਣਾ ਅਤੇ ਇਹ ਆ ਗਈ ਹਵੇਲੀ ਮਾਤਾ ਜੀ ਸੁਰਜੀਤ ਕੌਰ ਸਾਹਿਬਾ ਤੁਹਾਡੀ ਹਵੇਲੀ ਜਿਹੜੀ ਇਹਨੇ ਤੁਹਾਨੂੰ ਬਹਾ ਰਹੇ ਹਾਂ ਠੀਕ ਹੈ ਇਹ ਦੇਖੋ ਇਹ ਦੋ ਪਿੰਡ ਨੇ ਇਹ ਨਿੱਦੋ ਕੇ ਅਤੇ ਇਹ ਜਨਾਬ ਇਹ ਹਵੇਲੀ ਦੇ ਨਾਲ ਹੀ ਮਹਿਮਦ ਨਿੱਦੋ ਕੀ ਮਹਿਮਦ ਦੋ ਪਿੰਡ ਕਹਿਲਾਏ ਜਾਂਦੇ ਨੇ ਅਤੇ ਇਹ ਆ ਗਈ ਪਿੱਛੇ ਵਿੱਚ ਹਵੇਲੀ ਤੁਹਾਨੂੰ ਇਹਦੇ 'ਚ ਬਹਾਲਨੇ ਹਾਂ ਪਹਿਲਾਂ ਬਾਹਰੋਂ ਤੁਹਾਨੂੰ ਦਿਖਾ ਲਈਏ ਇਹਦਾ ਸਾਰਾ ਵਿਊ ਠੀਕ ਹੈ ਨਾ ਬਹੁਤ ਹੀ ਅੱਛੀ ਬਣੀ ਹੈ ਇਹ ਦੇਖੋ ਸੂਬੇਦਾਰਾਂ ਦੀ ਜਿਹੜੀ ਨਾ ਬੈਠਕ ਅਤੇ ਇਹ ਕੁਛ ਲਿਖਿਆ ਅੱਜ ਵੀ ਆ ਪਤਾ ਨਹੀਂ ਕੀ ਲਿਖਿਆ ਇਹ ਦੇਖੋ ਜਨਾਬ ਇਹ ਮੈਂ ਪੜ੍ਹ ਨਹੀਂ ਸਕਦਾ ਗੁਰਮੁਖੀ ਲਿਖੀ ਹੈ ਇਹ ਉਸ ਦੌਰ ਦੇ ਬਹੁਤ ਹੀ ਖੂਬਸੂਰਤ ਨਕਸ਼ਨਕਾਰੀ ਹੋਈ ਹੈ ਖਿੜਕੀਆਂ ਬੰਦ ਹੋ ਚੁੱਕੀਆਂ ਨੇ ਲੇਕਿਨ ਵਾਲੇਕੁਮ ਸਲਾਮ ਜੀ 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 ਕੀ ਲਿਖਿਆ ਭਾ ਵਾਹਿਗੁਰੂ ਦੀ ਵਾਹ ਵਾਹਿਗੁਰੂ ਦੀ ਵਾਹ ਅੱਛਾ ਅੱਛਾ ਵਾਹ ਜੀ ਪੰਜਾਬੀ ਚ ਲਿਖਿਆ ਉਹ ਜਿਹੜੀ ਗੁਰਮੁਖੀ ਉਹਨਾਂ ਦੀ ਹਿੰਦੀ ਚ ਲਿਖਿਆ ਆਹੋ ਹਾਂਜੀ ਠੀਕ ਹੋ ਗਿਆ ਕਿਉਂਕਿ ਜਿਹੜਾ ਇਸ ਬੈਠ ਦਾ ਮਾਲਕ ਸੀ ਨਾ ਉਹਦਾ ਫੋਨ ਆਇਆ ਸੀ ਮਤਲਬ ਬੜੇ ਚਿਰ ਦੇ ਉਹਨਾਂ ਨਾ ਉਹ ਮਤਲਬ ਇਹ ਦੱਸਿਆ ਸੀ ਕਿ ਸਾਡੇ ਜਿਹੜੇ ਦਾਦਾ ਜੀ ਹਨ ਨਾ ਉਹਨਾਂ ਕੋਲੋਂ ਅਸਾਂ ਪੁੱਛਿਆ ਕਿ ਜਿਹੜੀ ਸਾਡੀ ਪਾਕਿਸਤਾਨ ਬੈਠ ਗਏ ਯਾਨੀ ਉਹ ਜਿਹੜਾ ਲੀਲੇ ਕਲਰ 'ਚ ਲਿਖਿਆ ਉਹ ਕੀ ਲਿਖਿਆ ਉਹਨਾਂ ਕਿਹਾ ਬੇਟਾ ਜਦੋਂ ਮੈਂ ਬੈਠ ਪਾਈ ਸੀ ਨਾ ਉਦੋਂ ਇੱਟ ਦੀ ਕਮਤੀ ਹੀ ਅੰਦਰ ਕੱਚੀ ਲੱਗੀ ਬਾਹਰ ਪੱਕੀ ਲੱਗੀ ਅੱਛਾ ਇਹ ਜਿਹੜੀ ਇਹ ਵਾਹਿਗੁਰੂ ਦੀ ਵਾਹ ਲਿਖਾਇਆ ਸੀ ਯਾਨੀ ਆਪਣੇ ਗੁਰੂ ਨੂੰ ਹਾਂ ਜੀ ਗੁਰੂ ਦਾ ਬਿਲਕੁਲ ਯਾਨੀ ਫਿਰ ਉਹਨੇ ਇੱਥੋਂ ਵਾਲਿਆਂ ਨੂੰ ਫਿਰ ਉਹਨੇ ਦੱਸਿਆ ਇਹ ਜਿਹੜੀ ਚੀਜ਼ ਹੈ ਨਾ ਇੱਥੇ ਇਹਦੇ ਥੱਲੇ ਇੱਕ ਤਖਤੀ ਲੱਗੀ ਸੀ ਠੀਕ ਹੈ ਹਾਂਜੀ ਹਾਂ ਇਹ ਕਿਉਂਕਿ ਆਈਫੋਨ ਉਹਨਾਂ ਸਿਮਰ ਨਵਾਂ ਕੀਤਾ ਸੀ ਉਹਦੇ ਚਾਰਜ ਮੇਰੇ ਘੜੀ ਸੀ ਅੱਛਾ ਹਾਂਜੀ ਪੁਰਾਣੇ ਵਕਤ ਦੀ ਉਹ ਘੜੀ ਜਿਹੜੀ ਹੈ ਯਾਨੀ ਕਿ ਨਕਸ਼ਾ ਨਗਾਰੀ ਸੀ ਕੋਈ ਠੀਕ ਹੈ ਇਸ ਤਰ੍ਹਾਂ ਇਹ ਨਕਸ਼ਾ ਨਹੀਂ ਇਸੇ ਤਰ੍ਹਾਂ ਹੀ ਉਹ ਘੜੀ ਜਿਹੜੀ ਹੈ ਨਾ ਉਹ ਵਗੀ ਵਾਹ ਜੀ ਵਾਹ ਯਾਨੀ ਕਿ 1935 'ਚ ਬਣੀ ਅਤੇ ਪਤਾ ਲੱਗਿਆ ਕੌਣ ਸੀ ਬਾਲਕ ਇਹਦਾ ਕੋਈ ਸੂਬੇਦਾਰ ਸਨ ਸੂਬੇਦਾਰ ਮੇਹਰ ਸਿੰਘ
ਅੱਛਾ ਉਹਨਾਂ ਦੀ ਹੈ ਉਹਨਾਂ ਦੀ ਆਹੋ ਕਹਿੰਦੇ ਹੋ ਕਿ ਸਾਡੀ ਬਲਾਦਰੀ ਦਾ ਬੰਦਾ ਸੀ अमर सिंह हुरी जागर सिंह हुरी एक फौजी से फौजी जो सूबेदार आहो अमर सिंह हरनाम सिंह जैमल मतलब ए उन्होंने ना सी लो जी ए आ गई माता जी देख लो अपनी हवेली बैठक ठीक है ना ए सारा एरिया होंदा सी इन्हां दी हवेली दा इन्हें कहा जी साड़ी हवेली एक खूही लगी होंदी सी ते ए आ गई खूही इत्थे खूही होंदी सी इत्थे खूही होंदी सी जिहड़ी कि सानूं दस्सिया बजुर्गां ने इत्थे खूही सी ते ए विच बेरी दा बूटा सी ते ए जनाब चार छे जिहड़ा ना ए उहनां दा होंदा सी हाता ते ए चार दुआरी नवीं बणी है एक कच्ची होंदी सी ते ए आ गया सी उस हवेली दे विच जिथे माता जी सुरजीत कौर होरां दा बचपन गुजरिया ठीक है ना ए पक्का इहदा मत्था इहदे होर वी बड़े कमरे होंदे सन उह टट गए ने कच्चे वी होंदे सन पक्के वी होंदे सन ते ए इहदी चारदारी जिहड़ी ने कच्ची ए मैं तुहानूं दिखालना ए देखो तुसीं ए जनाब आ गई इहदे चारदारी किड्डी मोटी कच्ची कंध बणी आ जी ए देखो तुसीं ए सारा हाता सी सामने पासे इहनां दे डंगर होंदे सन विचकार आ हाता ते ए जनाब सारा एरिया सी ए तुहानूं दिखालने आ उजड़ी हवेली ओए बिल्ली नठी विच ए आ गया जी ए अंदरली साइड तो पक्की हवेली सूबेदार दी हां जी आ देखो तुसी खत्म हो गया जी सारा कुछ ते अही हुण चलने जनाब तुहानूं ऐसे हाल च आ गए एक कमरा आया वे ए भी जनाब वेखो किन्ने फुल्लां फुल बूटे पा के ते हवेली बनी है हां जी वाह जी वाह वाह जी ते ए आ गया जनाब इहदा सिहन हुण इत्थे ए ओह जनाब जिथे सिख फैमिली अपने परिवार दे नाल रहिंदी रही है लो जी माता जी सुरजीत कौर साहिबा असीं आ गए तुहाडी हवेली दे विच पक्की हवेली ए ओही जिथे तुहाडा बचपन गुजरिया 1947 तक तुसीं इत्थे खेडदे रहे 12-13 साल की उम्र जिस तरह तुसीं दस्सिया इस तों फिर हवेली छड्ड के इंडिया चले गए ते ए जनाब तुसीं देखो तुहाडी हवेली जिहड़ी है ये नक्शनकार क्योंकि सूबेदारा की हवेली से यह अज भी नक्शनकार खूबसूरत मौजूद है इस साइड अगर देखिए तो यह भी जनाब बड़े खूबसूरत इतने जोड़े ने नक्शनकारी हुई है उ पुरानी जी के ते व्या ने हवेली बनाई अज मैं जो इस हवेली आया वहाँ तो मैं पता नहीं क्यों ऐसा लग रहा कि जी हवेली मैं खड़ा वा एक ऐसी खातून एक ऐसी बजुर्ग सुरजीत कौर साहबा वो इस हवेली वेखने तरस देने पे मैं इतने है वो नहीं आ सकते अनलस के उन्होंने को वीज़ा होए यह घर उन्होंने लेकिन वह वेख नहीं सकते यह एरिया जिथे उन्होंने बचपन गुजरिया ठीक है ना इधर अगर वेख्या जाए तो इतने जनाब है सारा सेहन हों बड़ी वही हवेली सी अगे तो हूँ पता नहीं की कोई जड़ी बूटियां उग चुकिया ने सामने इन्होंने डंगर होंगे सन पांच छे आंदे ने मझा होंगे सन साढ़े टगे होंगे सन साड़ी घोड़ी होंगी सी तो 47 वेले असी सब कुछ छड़ छड़ा के ना तो इंडिया चले गए तो उन्होंने जनाब यादा शेयर की उन्होंने ख्वाहिश की कि असी अपनी हवेली वेखीए तो अज उन्होंने हवेली भाई जा रही है जी कि वाकया है पिंड नदो के तहसील तहसीला नारोवाल ये चार चले तलौंडी बेटना ढोडा तो इस तरह के व्डे व्डे जो पिंड मौजूद ने तो यह जनाब यादा ने अज उन्होंने बजुर्गों दी शेयर करने पे बलादरी जी है ना जो दस घर पूरे वाले हाँ जी ये सूबेदार इन्हों का चाचा ताई लगता तो जी माता जी सुरजीत कौर साहबा ने हाँ जी ये सूबेदार इन्हों का की लगता सी सूबेदार इन्हों का चाचा लगा अच्छा क्योंकि बड़े अमर सिंह दी की केड़े दिन इन्हें लिया कि मैं धी हाँ मैं धी हाँ ठीक है ये सूबेदार दे पथरीए लगते तो यह खानदान कि है मसलन जो इन्हों का दसन डे इन्हों की जात जी है पुरेवाल पुरेवाल
माता दी हरजीत कौर वाह जी वाह ते असली वाला जाजी मौजूद है ये अजे मौजूद ते ओ किदे कोले अजकल ये अजकल जी इथे एक रियासत दे विचों आए सन उधरों आए सन आहो गनी अब्दुल गनी ओदे नाम सी यानी पहला ए पटवार खाना सी ठीक है बन गया जदों टूर गए सिख आहो उस बाद ए बड़ी जगह पटवार खाना रिया ठीक है ठीक है पटवार खाने तो बाद फेरे बेली कर ठीक है ठीक है मतलब कोनु या उन्हें उस तरह ले लिया लाट लाट दे हुए लाट ही चलो ला लो जिस तरह भी ला लो बिल्कुल वो बड़ा चेहरे थे रहे सही है हाँ जी स्कूल है क्या ये स्कूल इतने गवर्नमेंट स्कूल है क्या यह पिंड ने दो की आ गई हवेली हवेली जनाब लो जी दोस्तों पार्ट टू आएगा इस तो बाद जिद बजुर्ग पिछे आ रहे हैं इन्होंने गुफ्तगू करा तो हिंदू सिखा के बारे च पूरी जानकारी लाँगे कि 1947 तो पहला इस पिंड निदोगी के हिंदू सिख ब्राह्मण खत्री जोड़े सारे इकट्ठे रेंदे सन और आपस उन्होंने भाईचारा किस तरह का ही तो इतों जो गए ने तो वढ़ टुक हुई कि ना ये सारा कुछ तुहानू अगली वीडियो मैं पार्ट टू विखावगा चैनल सबसक्राइब कर लो ताकि मेरी जी अगों वीडियो आनी तुहानू ऐटोमैटिक मिल सके तो पार्ट टू का इंतजार करो।